ਸਾਰੀ ਸੰਗਤ ਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵੀ ਸੰਗਤ ਬੈਠੀ ਹੈ, ਸਭ ਤੋਂ ਪਹਿਲੇ ਸਾਰਿਆਂ ਨੂੰ ਜੋ ਅਸੀਂ ਮਹਾਂਪੁਰਸ਼ਾਂ ਤੋਂ ਸਿੱਖਿਆ ਵੇ, ਜਿਵੇਂ ਮਹਾਂਪੁਰਸ਼ ਕਹਿੰਦੇ ਨੇ, ਮੈਂ ਯੂਪੀ ਤੋਂ ਆਇਆ ਵਾਂ ਅਤੇ ਜਿਵੇਂ ਭਾਈ ਸਾਹਿਬ ਜੀ ਆਪ ਹੀ ਦੱਸਦੇ ਨੇ, ਅਰਦਾਸ ਵਿੱਚ ਇੱਕੋ ਸ਼ਹਿਰ ਦਾ ਨਾਮ ਆਇਆ ਹੋਇਆ, ਇਸ ਕਰਕੇ ਆਪ ਜੀ ਵੱਡੇ ਹੋ। ਸਭ ਤੋਂ ਪਹਿਲੇ ਸਾਰਿਆਂ ਦੇ ਚਰਨਾਂ ਵਿੱਚ ਨਮਸਕਾਰ, ਔਰ ਇਹ ਮੇਰੀ ਜੜ ਹੈ, ਅੰਮ੍ਰਿਤਸਰ ਦੀ ਧਰਤੀ ਮੇਰੀ ਜੜ ਹੈ, ਬੀਬੀ ਕੌਲਾ ਜੀ ਭਲਾਈ ਕੇਂਦਰ, ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਮੇਰੀ ਜੜ ਨੇ, ਜਿੱਥੇ ਆਪਾਂ ਖੜ੍ਹੇ ਹਾਂ ਜਿੱਥੇ ਵੀ ਹੈਗੇ ਹਾਂ ਉਹ ਮਹਾਂਪੁਰਸ਼ਾਂ ਦੀ ਅਸੀਸਾਂ ਸਦਕੇ ਹੈਗੇ ਹਾਂ। ਅਤੇ ਉਸ ਤਰ੍ਹਾਂ ਮੈਂ ਸੋਚਿਆ ਨਹੀਂ ਸੀ, ਮੈਂ ਸੋਚਿਆ ਕੁਝ ਹੋਰ ਹੀ ਸੀ, ਲੇਕਿਨ ਮਹਾਂਪੁਰਸ਼ਾਂ ਵੱਲੋਂ ਇਸ਼ਾਰਾ ਹੈ ਕਿ ਤੂੰ ਸ਼ਹਿਜਾਨਪੁਰ ਬਾਰੇ ਜ਼ਰੂਰ ਦੱਸੀ ਕਿ ਜੋ ਜੋ ਉੱਥੇ ਯੂਨਿਟਸ ਚੱਲ ਰਹੀਆਂ ਨੇ, ਅਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਚਲਾਉਣ ਵਾਲੇ ਮਹਾਂਪੁਰਸ਼ ਆਪ ਹੀ ਨੇ। ਹੁਣ 17-18 ਜੂਨ ਨੂੰ ਜੋ ਸਮਾਗਮ ਸੀ, ਆਪ ਜੀ ਨੇ ਕੀਰਤਨ ਪ੍ਰਧਾਨਾ ਚੈਨਲ 'ਤੇ ਸਾਰਾ ਲਾਈਵ ਦੇਖਿਆ ਹੋਵੇਗਾ, ਅਤੇ ਸਾਨੂੰ ਵੀ ਨਹੀਂ ਪਤਾ ਸੀ ਇਤਨੀ ਸੰਗਤ ਗੁਰੂ ਦੀ ਕਿਰਪਾ ਦੇ ਨਾਲ ਪਿਆਰ ਦੇਗੀ, ਇਤਨੀ ਅਸੀਸਾਂ ਦੇਗੀ। ਉੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਮਹਾਂਪੁਰਸ਼ਾਂ ਦੀ ਪ੍ਰੇਰਣਾ ਅਸੀਸਾਂ ਦੇ ਨਾਲ, ਜੋ ਸਾਰਾ ਜਿਤਨੀ ਵੀ ਸੇਵਾ ਹੋਗੀ ਸਾਰੀ ਨਿਸ਼ਕਾਮ, ਸੰਤ ਸਿਪਾਹੀ ਗੱਤਕਾ ਗਰੁੱਪ ਵੀ ਅਤੇ ਬੱਚੇ ਕੀਰਤਨ ਸਿੱਖਦੇ ਨੇ ਉਹ ਵੀ ਸਾਰਾ ਨਿਸ਼ਕਾਮ, ਤਕਰੀਬਨ 40-50 ਬੱਚੇ ਨੇ, ਲਿਟਲ ਵੀ ਜਿਹਨੇ ਵੀ ਹਾਜ਼ਰੀ ਭਰੀ ਉਹਨਾਂ ਨੇ ਕੀਰਤਨ ਸਰਵਣ ਕੀਤਾ ਸੀ, ਦੋਵਾਂ ਭੈਣ ਜੀ ਨੇ ਵੀ, ਜਸਵਿੰਦਰ ਵੀਰ ਜੀ ਵੀ, ਅਤੇ ਜੋ ਜੋ ਹਾਜ਼ਰੀ ਭਰ ਕੇ ਆਏ ਨੇ, ਸਾਰਿਆਂ ਨੂੰ ਪਤਾ ਵੇ ਕਿ ਉੱਥੇ ਸਾਰੀ ਜਿੰਨੀ ਵੀ ਚੀਜ਼ਾਂ ਚੱਲੀਆਂ ਨੇ ਸਾਰੀ ਨਿਸ਼ਕਾਮ ਹੋਗੀਆਂ ਨੇ, ਬੱਚੇ ਕੀਰਤਨ ਵੀ ਸਿੱਖਦੇ ਨੇ, ਦੁਮਾਲਾ ਦਸਤਾਰ ਵੀ, ਗੱਤਕਾ ਸਿਖਲਾਈ ਵੀ, ਆਪਾਂ ਪ੍ਰੋਜੈਕਟਰ ਵੀ ਰੱਖਿਆ, ਉਹ ਬੱਚਿਆਂ ਨੂੰ ਪਿਕਚਰ ਵੀ ਦਿਖਾਉਂਦੇ ਹਾਂ ਆਪਾਂ। 13 ਵਿਧਵਾ ਬੇਬੀਆਂ ਨੇ, ਜਿੰਨਾ ਸਾਨੂੰ ਮਾਇਆ ਆਉਂਦੀ ਫਿਰ ਨਾਲ ਹੀ ਨਾਲ ਮਹਾਂਪੁਰਸ਼ਾਂ ਵੱਲੋਂ ਇਸ਼ਾਰਾ ਹੁੰਦਾ ਹੈ ਨਾਲ ਹੀ ਸੇਵਾ ਲਗਾਈ ਜਾਓ, 13 ਵਿਧਵਾ ਬੇਬੀਆਂ ਨੇ ਜੋ ਸਹਿਯੋਗ ਪ੍ਰਾਪਤ ਕਰਨੀਆਂ ਨੇ, ਉਹਦੇ ਇਲਾਵਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਸਰੂਪ ਬਿਰਧ ਸਰੂਪ ਦੀ ਸਾਰੀ ਸੇਵਾ, ਉਸਦੇ ਇਲਾਵਾ ਹੋਰ ਵੀ ਕਈ ਗੁਰੂ ਦੀ ਕਿਰਪਾ ਨਾਲ ਸਾਰਾ ਸੇਵਾ ਚੱਲ ਰਹੀਆਂ ਨੇ, ਉਹ ਸਾਰੀ ਮਹਾਂਪੁਰਸ਼ਾਂ ਦੀ ਤੁਹਾਡੀ ਸਿੱਖਿਆ ਸਦਕਾ। ਅਤੇ ਮੈਂ ਬੋਲਿਆ ਇਸ ਕਰਕੇ ਹਾਂ ਕਿਉਂਕਿ ਮਹਾਂਪੁਰਸ਼ਾਂ ਵੱਲੋਂ ਇਸ਼ਾਰਾ ਸੀ, ਮੈਂ ਬੋਲਣਾ ਨਹੀਂ ਸੀ, ਸੋਚਿਆ ਮੈਂ ਕੁਝ ਹੋਰ ਹੀ ਸੀ, ਕਿਉਂਕਿ ਜੜ ਵੇ ਮਹਾਂਪੁਰਸ਼ ਸਾਡੀ। ਅਤੇ ਮੈਂ ਇੱਕੋ ਹੀ ਬੇਨਤੀ ਕਰਾਂਗਾ, ਆਪ ਜੀ ਜਿੰਨੇ ਵੀ ਬੈਠੇ ਹੋ ਸਾਰੇ ਵੱਡੇ ਹੋ, ਜਿੰਨੇ ਵੀ ਸਤਿਕਾਰ ਹੋ, ਮੈਨੂੰ ਆਪਣਾ ਬਚਪਨ ਯਾਦ ਹੈ, ਮੇਰਾ ਬਚਪਨ ਇੱਥੇ ਹੀ ਬੀਤਿਆ ਵੇ, ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਦੇ ਆਪਣੀ ਜੜ ਨੂੰ ਨਾ ਭੁੱਲਿਓ, ਇਹ ਮੈਂ ਜ਼ਰੂਰ ਬੇਨਤੀ ਕਰਾਂਗਾ ਸਾਰਿਆਂ ਨੂੰ, ਕਦੇ ਆਪਣੀ ਜੜ ਨੂੰ ਨਾ ਭੁੱਲਿਓ, ਜਿੰਨੇ ਜੜ ਨੂੰ ਪਿਆਰ ਕਰ ਲਿਆ, ਜਿੰਨੇ ਜੜ ਦਾ ਸਤਿਕਾਰ ਕਰ ਲਿਆ, ਉਹਨੂੰ ਕੁਛ ਕਰਨ ਦੀ ਲੋੜ ਨਹੀਂ, ਸਾਰਾ ਕੁਛ ਕਰਨ ਵਾਲਾ ਜੜ ਹੀ ਹੈ, ਸਾਰਾ ਕੁਛ ਇੱਥੋਂ ਬੈਠੇ ਬੈਠੇ ਅੱਗੇ ਲੈ ਜਾਏਗਾ। ਅਤੇ ਮੈਨੂੰ ਆਪਣੇ ਆਪ ਨੂੰ ਪਤਾ ਵੀ ਮੈਂ ਉੱਥੇ ਬੈਠਾ ਕਰਦਾ ਭਾਵੇਂ ਮੈਂ ਕੁਛ ਨਹੀਂ ਹਾਂ, ਸਾਰਾ ਕੁਝ ਮਹਾਂਪੁਰਸ਼ਾਂ ਦੀ ਸਿੱਖਾਂ ਦੇ ਨਾਲ ਹੀ ਚੱਲਦਾ। ਅਤੇ ਜਿੰਨੇ ਵੀ ਮੇਰੇ ਪਿਆਰ ਵਾਲੇ ਜਿੱਥੇ ਬੈਠੇ ਨੇ, ਭਾਵੇਂ ਵੱਡੇ ਨੇ ਭਾਵੇਂ ਛੋਟੇ ਨੇ ਭਾਵੇਂ ਭੈਣਾਂ ਨੇ, ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗਾ, ਆਪਣੇ ਮਹਾਂਪੁਰਸ਼ਾਂ ਨਾਲ ਜਿੰਨਾ ਪਿਆਰ ਕਰ ਸਕਦੇ ਹੋ, ਜਿੰਨਾ ਸਤਿਕਾਰ ਕਰ ਸਕਦੇ ਹੋ, ਕਦੇ ਰੀਸ ਨਾ ਕਰੀ ਮਹਾਂਪੁਰਸ਼ਾਂ ਦੀ, ਕਦੇ ਬਰਾਬਰੀ ਨਾ ਕਰੀਏ, ਕਿਉਂਕਿ ਬਾਬਾ ਜੀ ਕਹਿੰਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਨੇ, ਅਗਰ ਨਜ਼ਰ ਪੱਟੀ ਜੇ ਕਰੇ ਸੁਲਤਾਨਾ ਘਾਉ ਕਰਾਇਆ ਜਾ, ਉਹ ਨਜ਼ਰ ਦੇ ਵੱਸ ਤਾਂ ਗਏ ਹਾਂ, ਜਦੋਂ ਨਜ਼ਰ ਉੱਠ ਜਾਏਗੀ ਤਾਂ ਫਿਰ ਸਾਨੂੰ ਕੋਈ ਪੁੱਛੇਗਾ ਵੀ ਨਹੀਂ, ਔਰ ਇਹ ਸੱਚ ਹੈ, ਸਾਡੀ ਜੈਕਾਰ ਹੈ ਜਾਂ ਸਾਨੂੰ ਕੋਈ ਪੁੱਛਦਾ ਹੈ ਤਾਂ ਮਾਤਾ ਪਿਤਾ ਜੀ ਭਲਾਈ ਕੇਂਦਰ ਕਰਕੇ ਜਾਂ ਭਾਈ ਸਾਹਿਬ ਜੀ ਕਰਕੇ। ਅਤੇ ਮੈਂ ਸੋਚਿਆ ਤਾਂ ਭਾਵੇਂ ਕੁਝ ਹੋਰ ਹੀ ਸੀ, ਮੈਂ ਇੱਕ ਛੋਟਾ ਸਾ ਜ਼ਿਕਰ ਆਪ ਜੀ ਨੂੰ ਸੁਣਾ ਦਿੰਦਾ ਕਿ ਕਿਵੇਂ ਪਿਆਰ ਆਪਾਂ ਕਰੀਏ। ਬਾਬਾ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ 550 ਸਾਲ ਆਪਾਂ ਆਗਮਨ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਹਾਂ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਗੁਰੂ ਨਾਨਕ ਦੇਵ ਜੀ ਦੇ ਸਨਮੁਖ ਬੈਠੇ ਹੋਏ ਸੀ। ਮੈਂ ਛੋਟਾ ਸਾ ਜ਼ਿਕਰ ਫਿਰ ਸਮਾਪਤੀ ਭਾਈ ਮਰਦਾਨਾ ਜੀ ਨੇ ਇੱਕ ਵਾਰ ਪਿਆਰ ਵਿੱਚ ਕਹਿ ਦਿੱਤਾ, ਕਹਿੰਦੇ, ਬਾਬਾ ਤੂੰ ਖੁਦਾਏ ਦਾ ਡੋਮ ਹਾਂ ਤੇਰਾ ਡੋਮ, ਬਾਬਾ ਤੂੰ ਖੁਦਾਏ ਨੂੰ ਪਾਇਆ ਹਾਂ ਤੁਦਨੂੰ ਪਾਇਆ, ਬਾਬਾ ਤੇਰਾ ਕਹਾ ਖੁਦਾ ਕਰਤਾ ਮੇਰਾ ਕਹਾ ਤੂੰ ਕਰਤਾ, ਬਾਬਾ ਤੂੰ ਖੁਦਾਏ ਨੂੰ ਦੇਖਿਆ ਹਾਂ ਤੁਦਨੂੰ ਦੇਖਿਆ, ਗੁਰੂ ਨਾਨਕ ਦੇਵ ਜੀ ਪਿਆਰ